ਬਹੁਤ ਹੀ ਵਧੀਆ ਫਰੈਂਡ ਜੋ ਕਿ ਬਹੁਤ ਕਾਇੰਡ ਹੈ ਅਤੇ ਬਹੁਤ ਹੈਲਪਫੁਲ ਆ, ਜਿਹਦਾ ਨਾਮ ਨੀਤਿਕਾ ਹੈ, ਉਹਨੂੰ ਮੈਂ ਪਿੱਕ ਕਰਨ ਜਾ ਰਿਹਾ ਬੀ ਟਾਊਨ, ਯਾਨੀ ਕਿ ਬ੍ਰੈਂਪਟਨ, ਮਤਲਬ ਮਿੰਨੀ ਪੰਜਾਬ। ਸੋ ਉੱਥੇ ਮੈਂ ਜਾ ਰਿਹਾ ਆਪਣੇ ਫਰੈਂਡ ਨੂੰ ਪਿੱਕ ਕਰਨ ਵਾਸਤੇ, ਅਤੇ ਨਾਲ ਥੋੜ੍ਹੀ ਹੈਲਪ ਹੋ ਜਾਏਗੀ ਐਂਡ ਨਾਲੇ ਫਨ ਵੀ ਹੋ ਜਾਂਦਾ। ਇਸ ਵੇਲੇ ਹੈਗਾ ਮਿਸੀਸਾਗਾ, ਸੋ ਮਿਸੀਸਾਗਾ ਤੋਂ ਆਪਾਂ ਜਾ ਰਹੇ ਹੁਣ ਕੀਪਲਿੰਗ ਸਟੇਸ਼ਨ, ਆਪਾਂ ਨੂੰ ਲੱਗੋ ਟਾਈਮ ਲੱਗੂਗਾ ਅਰਾਊਂਡ 17 ਮਿੰਟਸ। ਉੱਥੇ ਗੱਡੀ ਪਾਰਕ ਕਰਕੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਟ੍ਰੇਨ ਦੇ ਥਰੂ, ਯਾਨੀ ਕਿ ਸਬਵੇ। ਸੋ ਅੰਡਰਗਰਾਊਂਡ ਟ੍ਰੇਨ ਹੁੰਦੀ ਹੈ, ਉਹ ਵੀ ਮੈਂ ਤੁਹਾਨੂੰ ਦਿਖਾਵਾਂਗਾ ਕਿ ਕਿੱਦਾਂ ਆਪਾਂ ਪਾਸ ਲੈਣਾ ਉੱਥੇ, ਕਿਉਂਕਿ ਮੇਰੇ ਫਰੈਂਡ ਨੀਤਿਕਾ ਪਾਸ ਆਪਣਾ ਘਰ ਭੁੱਲ ਗਈ ਹੈ। ਸੋ ਗਾਇਸ, ਇਹ ਹੈਗਾ ਪਾਰਕਿੰਗ ਟਿਕਟ ਦਾ ਕਾਊਂਟਰ। ਪ੍ਰਾਈਸ ਹੈਗਾ ਮੰਡੇ ਟੂ ਫਰਾਈਡੇ 5 AM to 2 AM $6। ਆਪਾਂ ਕੀ ਕਰਨਾ, ਕਾਰਡ ਪਾਉਣਾ ਵਿੱਚ ਇਹਦੇ। ਹੁਣ ਆਪਾਂ ਟਾਈਮ ਚੂਜ਼ ਕਰ ਲੈਣਾ, ਇੱਥੋਂ ਉੱਪਰ ਕਰ ਦੇਣਾ ਪ੍ਰਿੰਟ, ਇਹ ਮੈਕਸੀਮਮ ਅਮਾਊਂਟ ਹੋ ਗਈ ਪ੍ਰਿੰਟ। ਜਾਂਦੀ ਟਿਕਟ, ਸੋ ਇਹ ਟਿਕਟ ਆਪਾਂ ਨੂੰ ਰੱਖਣੀ ਪੈਂਦੀ ਹੈ ਇੱਥੇ ਤਾਂ ਕਿ ਵਿਜ਼ੀਬਲ ਹੋਏ। ਦੈਟਸ ਇਟ, ਨਾਓ ਵੀ ਆਰ ਗੁੱਡ ਟੂ ਗੋ। ਕੈਨੇਡਾ ਦੇ ਵਿੱਚ ਅੰਡਰਗਰਾਊਂਡ ਟ੍ਰੇਨਸ ਬਣੀਆਂ ਹੋਈਆਂ ਨੇ। ਇਹ ਨਵੀਂ ਮਸ਼ੀਨ ਪਾਈ ਜਾਂਦਾ ਨੇ। ਸੋ ਜਿਹੜਾ ਪ੍ਰੈਸ ਟੂ ਕਾਰਡ ਅਸੀਂ ਬਣਾਉਣ ਜਾ ਰਹੇ ਹਾਂ, ਇਹ ਬੇਸਿਕਲੀ ਬੱਸਿਸ ਦੇ ਅੰਦਰ ਐਂਡ ਸਬਵੇਜ਼ ਦੇ ਅੰਦਰ ਇੱਕ ਮਸ਼ੀਨ ਲੱਗੀ ਹੁੰਦੀ ਹੈ, ਜਿਹਦੇ ਥਰੂ ਆਪਾਂ ਟੈਪ ਕਰਕੇ ਪੇਮੈਂਟ ਕਰ ਸਕਦੇ ਹਾਂ, ਅਤੇ ਆਪਾਂ ਨੂੰ ਕੋਈ ਕੈਸ਼ ਪੇਮੈਂਟ ਕਰਨ ਦੀ ਲੋੜ ਨਹੀਂ ਹੈਗੀ, ਕਿਉਂਕਿ ਡੋਲਰਸ ਐਂਡ ਪੈਨੀਸ ਰੱਖਣੀਆਂ ਮੁਸ਼ਕਿਲ ਹੋ ਜਾਂਦੀਆਂ ਨੇ ਜਦੋਂ ਆਪਾਂ ਟਰੈਵਲ ਕਰਨਾ ਹੁੰਦਾ। ਸੋ ਇੱਕ ਕਾਰਡ ਦੇ ਥਰੂ ਆਪਾਂ ਕੈਸ਼ਲੈਸ ਪੇਮੈਂਟ ਕਰ ਸਕਦੇ ਹਾਂ ਜਦੋਂ ਆਪਾਂ ਬੱਸ ਦੇ ਅੰਦਰ ਟਰੈਵਲ ਕਰਨਾ ਜਾਂ ਟ੍ਰੇਨ ਦੇ ਅੰਦਰ ਟਰੈਵਲ ਕਰਨਾ। ਸੋ ਇਟਸ ਵੈਰੀ ਈਜ਼ੀ ਐਂਡ ਕਨਵੀਨੀਅੰਟ। ਸੋ ਕੈਸ਼ ਇਨਸਰਟ ਕੀਤਾ, ਪ੍ਰੈਸ ਟੂ ਕਾਰਡ ਆਪਣਾ ਬਣ ਕੇ ਵੀ ਆ ਗਿਆ। ਦੈਟਸ ਇਟ, ਪ੍ਰੈਸ ਟੂ ਕਾਰਡ, ਇਹਨੂੰ ਆਪਾਂ ਟੈਪ ਕਰਨਾ ਜਿਵੇਂ ਮਸ਼ੀਨ ਹੁੰਦੀਆਂ ਨੇ ਬੱਸਿਸ ਅਤੇ ਸਬਵੇ ਅੰਦਰ, ਅਤੇ ਆਪਣਾ ਜਿੰਨਾ ਵੀ ਚਾਰਜਿਸ ਨੇ ਉਹ ਕੱਟੇ ਜਾਣੇ ਆ। ਅਸੀਂ ਜਾ ਰਹੇ ਹਾਂ ਮੈਰਲਿਨ ਬੈਲ ਪਾਰਕ। ਜਿਹੜੀ ਇਹ ਐਪ ਹੈ ਇਹ ਟ੍ਰਾਂਜ਼ਿਟ ਐਪ ਹੈ, ਸੋ ਇੱਥੋਂ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਕਿਹੜੀ ਸਬਵੇ ਐਗਜੈਕਟਲੀ ਆਪਾਂ ਫੜਨੀ ਆ, ਅਤੇ ਆਪਾਂ ਨੂੰ ਐਗਜੈਕਟ ਲੋਕੇਸ਼ਨ 'ਤੇ ਡਰੋਪ ਕਰਦੇ। ਆਪਾਂ ਹੈਗੇ ਹਾਂ ਕੀਪਲਿੰਗ ਸਟੇਸ਼ਨ, ਅਤੇ ਆਪਾਂ ਉੱਥੋਂ ਨਾ ਡਿਫਰੈਂਟ ਰਾਈਟ, ਇੱਥੇ ਅੰਡਰਗਰਾਊਂਡ ਟ੍ਰੇਨਸ ਨੇ ਜਿਹੜੀਆਂ, ਇੱਦਾਂ ਦੀ ਟ੍ਰੇਨਸ ਨੇ, ਆਪਾਂ ਇਸ ਪਲੈਟਫਾਰਮ 'ਤੇ ਵੇਟ ਕਰਨੀ ਆ ਟ੍ਰੇਨ ਦੀ। ਸੋ ਆ ਰਹੀ ਹੈ ਸਰਵਿਸ, ਕਾਫੀ ਫਾਸਟ ਇਹਨਾਂ ਦੀ, ਸਲੋ ਨਹੀਂ ਹੈਗੀ, ਮਤਲਬ 2 to 3 ਮਿੰਟਸ ਬਾਅਦ ਟ੍ਰੇਨਾਂ ਆਈ ਜਾਂਦੀਆਂ ਨੇ। ਫਿਰ ਆਪਾਂ ਜਾਂਦੇ ਹਾਂ ਡਾਊਨ ਟਾਊਨ। ਦੋ ਵਾਰੀ ਬੱਸਿਸ ਚੇਂਜ ਕੀਤੀਆਂ, ਕਿੰਨਾ ਵਧੀਆ ਵੈਦਰ ਹੈ ਵੀ, ਸਟਰੀਟ ਕਾਰ ਆ ਗਈ ਅੱਜ, ਇਹ 'ਤੇ ਵੀ ਅਸੀਂ ਬੈਠਾਂਗੇ। ਯਾਰ ਕਿੰਨਾ ਵਧੀਆ ਨਾ, ਇੱਥੇ ਜੇ ਕਿਸੇ ਦਾ ਅਪਾਰਟਮੈਂਟ ਹੋਏ, ਇੰਡੀਅਨ ਜਿਹੜੇ ਰਹਿੰਦੇ ਡਾਊਨ ਟਾਊਨ, ਮੇਨ ਡਾਊਨ ਟਾਊਨ, ਉਹ ਕਾਰ ਕੂਰ ਨਹੀਂ ਬਾਈ ਕਰਦੇ, ਉਹ ਇਨਵੈਸਟ ਹੀ ਨਹੀਂ ਕਰਦੇ ਕਾਰ, ਮਹਿੰਗੀ ਹੈ ਕਾਰ ਇੱਥੇ। ਦੇਖੋ ਪਹਿਲੇ ਟਾਈਮ ਵਿੱਚ ਈਜ਼ੀ ਸੀਗਾ ਨਾ ਸਟਰੀਟ ਕਾਰਸ ਵਗੈਰਾ ਲੈਣੀਆਂ, ਇਸ ਟਾਈਮ ਹੁਣ ਲੋਕੀ ਡਰਦੇ ਵੀ ਹੈਗੇ ਆ, ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਹੁਣ, ਇੰਸ਼ੋਰੈਂਸ ਤਾਂ ਉਹ ਤਾਂ ਸ਼ੁਰੂ ਤੋਂ ਹੀ ਮਹਿੰਗੀ ਹੈ।
यस चलो चलिए। काश मेरा ब्रदर मेरे नाल हुंदा संतेंद्र ते असी साइकिलिंग करदे इकट्ठे रेस लांदे। जे तुसी कैनेडा रहने हो तां तुसी बहुत लक्की हो क्योंकि तुसी इस चीज का नज़ारा ले सकते हो। अमेजिंग प्लेस ते अमेजिंग एक्सपीरियंस। आई होप जेडे मेरे भैन भरा कैनेडा आना चाहते ने वो जरूर आन ते इस जे आना उन्होंने तो पूरा इंजॉय करके जा क्योंकि मेरा लाइफ का गोल यही है कि मैं पूरी कैनेडा एक्सप्लोर करना। गाइस इस पार्क का नाम हैगा मैरिलिन बेल पार्क। बिल्कुल लेक शो दे साइड ते आ डाउनटाउन दे विच भी नहीं हैगा ते लेक शो दे मतलब इन दी मिडल आ। बहुत सोहनी प्लेस है। मैं यही कहना कि जो तुहानू वीकेंड टाइम मिले जरूर वीकेंड टाइम कढ़ के इधर आओ साइकिल जरूर ट्राई करो बहुत वधिया एक्सपीरियंस हुंदा है ते ट्राई करो जे अपने किसी फ्रेंड नाल आ जाओ। This is called life. Guys, life का मतलब यही है कि hectic schedule को time काट के अपनी life में time देना actual अपनी life enjoy कर। So मैं try करांगा कि इत्थे एक बारी हो रहा हाँ कि मैं दिल नहीं कर रहा जानू बट होर भी चीज़ें एक्सप्लोर करनी है टोरंटो तो तुम दिखाया ने मैं फिर अगे डाउनटाउन के वाल चलते हाँ तो आप देखेंगे भी कि मार्केट है एंड किवें किवें स्ट्रीट्स ने। सो वो भी तुम्हें एक आइडिया हो जाएगा कि असली डाउनटाउन केवें स्ट्रीट्स है किवें का लगता डाउनटाउन रियल एसको। अक्सर मैं तुहानू कहना कि साडा चैनल सबसक्राइब कर लो साडी वीडियोस लाइक करया करो जिहड़ी तुहानू लगदा कि तुहानू पसंद आईयां ने तुहानू वधिया लगियां ने लाइक करो ताकि सानू मोटिवेशन मिले असी होर नवीं नवीं प्लेसिस एक्सप्लोर करिए टोरंटो दे विच। सो मेरा यही प्लैन है कि आपां वधिया वधिया न्यू न्यू सीक्रेट प्लेसिस फाइंड आउट करिए ते तुहानू दिखाईए कि एक्चुअल विच टोरंटो की आ। बाइसाइकल वापस पा करती गाइस ये हैगी ग्राफिटी एली मतलब कि वॉल सारिया आर्टिस्ट ने डिजाइन कीती हुई ने आप ही पेंट किया हुआ सो काफ़ी फेमस है ये स्ट्रीट। कितना हार्डवर्क लगता ना। ब्लैक लाइव्स मैटर यार मैं एक फोटो खिंचानी है कुछ फोटो कैप्चर कर लिए।
वेरी नाइस प्लेस टू गैट फोटोज। मैं रेकमेंड करदा जिहड़े भी फोटोग्राफरस ने फोटो खिचाउणी चाहुंदे ने ਉਹ ਗ੍ਰੈਫਿਟੀ ਵਾਲੀ ਆਣ ਅਤੇ ਵਧੀਆ ਵਧੀਆ ਵਾਲਸ 'ਤੇ ਬਹੁਤ ਵਧੀਆ ਪਿਕਚਰਸ ਆ ਸਕਦੀਆਂ ਨੇ। ਕਰੋਨਾ ਵਾਇਰਸ ਹੋਰ ਵੀ ਬਹੁਤ ਬਹੁਤ ਸੀਕਰੇਟ ਪਲੇਸਿਸ ਟੋਰੋਂਟੋ ਦੀਆਂ ਸਪੈਸ਼ਲੀ ਅਸੀਂ ਰਿਵੀਲ ਕਰਾਂਗੇ। ਅਸੀਂ ਤੁਹਾਨੂੰ ਦਿਖਾਵਾਂਗੇ ਕਿੱਥੇ ਕਿੱਥੇ ਅਸੀਂ ਟਰੈਵਲ ਕਰ ਸਕਦੇ ਜੋ ਅਸੀਂ ਟੋਰੋਂਟੋ ਦੇ ਵਿੱਚ ਲੈਂਡ ਕਰਨਾ। ਸਾਨੂੰ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜਿਵੇਂ ਤੁਸੀਂ ਹੁਣ ਕਰ ਰਹੇ ਹੋ, ਬਹੁਤ ਖੁਸ਼ੀ ਮਿਲਦੀ ਹੈ। ਲਾਸਟ ਵਲੌਗ ਨੂੰ ਤੁਸੀਂ ਬਹੁਤ ਸਾਰਾ ਪਿਆਰ ਕੀਤਾ। ਇਨ ਕੇਸ ਜੇ ਤੁਸੀਂ ਲਾਸਟ ਵਲੌਗ ਤੋਂ ਸਾਡਾ ਭੁੱਲ ਗਿਆ ਦੇਖਣਾ ਤਾਂ ਉਹ ਮੈਂ ਡਿਸਕ੍ਰਿਪਸ਼ਨ 'ਚ ਪਾ ਦਿੰਦਾ, ਤੁਸੀਂ ਜਾ ਕੇ ਜ਼ਰੂਰ ਦੇਖਿਓ ਵਲੌਗ। ਸੋ ਗਾਈਜ਼, ਫਾਈਨਲੀ ਅਸੀਂ ਹਰ ਵੀਕ ਐਟਲੀਸਟ 2 ਵਲੌਗ ਅਪਲੋਡ ਕਰਾਂਗੇ ਤਾਂ ਕਿ ਤੁਹਾਨੂੰ ਅਸੀਂ ਐਂਟਰਟੇਨ ਕਰ ਪਾਈਏ। ਐਂਡ ਤੁਸੀਂ ਵੀ ਸਾਨੂੰ ਕਮੈਂਟ ਕਰਕੇ ਦੱਸੋ ਕਿ ਸਾਡੇ ਵਲੌਗਸ ਕਿੱਦਾਂ ਦੇ ਨੇ, ਸਾਨੂੰ ਬਹੁਤ ਅੱਛਾ ਲੱਗਦਾ। ਇਸੇ ਤਰ੍ਹਾਂ ਸਾਨੂੰ ਸਪੋਰਟ ਕਰਦੇ ਰਹੋ। ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ 'ਚ। ਟਿਲ ਦੈਨ ਟੇਕ ਕੇਅਰ ਐਂਡ ਬੀ ਸੇਫ। ਬਾਏ ਬਾਏ।